बिस्मिल्लाह रहमान रहीम। सजनों ते मित्रों अस्सलाम वालेकुम। दोस्तों साडे चैनल नसीम दरमानवी दी टीम दोबारा पुजी है पिंड भोलियां नज़र जम्मू बार्डर तहसील जफरवाल जिला नारवाल। दोस्तों साडी अज दी वीडियो दी मेहमान शख्सियत दा नाम बाबा जी सराज दीन है। बाबा जी सराज दीन दा रियासत जम्मू कश्मीर च पिंड कोठला सी, तहसील सांबा ते जिला जम्मू, जदों के मौजूदा पिंड भोलियां है। आओ फिर बाबा जी नूं मिलिए ते बाबा जी नाल पुरानियां यादां सांझियां करिए ते बाबा जी कोलों पुरानियां गल्लां बातां पुछिए कि बाबा जी किस तरह दीआं मुश्किलात तों गुजर के इस मुकाम ते पुजे ने। आओ फिर बाकी गल्लां बातां बाबा जी दी जबानी सुनने आ। आओ फिर मिलिए बाबा जी नूं। ਉਹਨਾਂ ਪੁੱਛਣੀਆਂ ਅਸਲਾਮ ਅਲੈਕਮ। ਵਾਲੇਕਮ ਸਲਾਮ ਜੀ। ਹੱਥ ਵੀ ਮਿਲਾ, ਹੱਥ ਵੀ ਮਿਲਾ। ਠੀਕ ਠਾਕ ਕਰ ਮੈਂ ਹੋਰ ਘਰ ਬਾਰ ਠੀਕ ਠਾਕ ਘਰ ਬਾਰ ਠੀਕ ਠਾਕ ਸ਼ੁਕਰ ਹੈ। ਅੱਛਾ ਸ਼ੁਕਰੀਆ। ਤੁਸੀਂ ਸੁਣਾਓ, ਉਹਨੇ ਤੁਹਾਡਾ ਨਾਂ ਕੀ ਆ ਬਜ਼ੁਰਗੋ? ਸਰਾਜਦੀਨ। ਵਾਲ ਸਾਹਿਬ ਦਾ ਨਾਂ ਦਾ ਪਤਾ ਕੋਈ? ਵਾਲ ਸਾਹਿਬ ਦਾ ਫਤਿਹ ਮੋਹਨ। ਤੇ ਕੋਈ ਦਾਦਾ ਨਹੀਂ ਪਤਾ? ਦਾਦੇ ਦਾ ਨਾਂ ਨੂਰ ਮੰਮਾ। ਨੂਰ ਮੰਮਾ, ਠੀਕ ਹੈ। ਤੁਸੀਂ ਹੁਣ ਦੱਸੋ ਕਿ ਤੁਹਾਡੀ ਇਸ ਟਾਈਮ ਉਮਰ ਕਿੰਨੀ ਹੋ ਗਈ ਆ? ਭਲਾ ਉਮਰ ਕਿੰਨੀ ਹੋ ਗਈ ਇਸ ਟਾਈਮ? ਮੇਰੀ 80 ਸਾਲ ਹੋ ਗਈ ਹੈ। 80 ਸਾਲ ਤੇ ਇਹ ਜਿਹੜੇ ਅਸੀਂ ਪਿੰਡ ਬੈਠੇ ਦੇ ਹਾਂ, ਇਹ ਪਿੰਡ ਦਾ ਭਲਾ ਕੀ ਨਾਂ ਹੈ? ਭੋਲਿਆਂ। ਪਿੰਡ ਭੋਲਿਆਂ ਤੇ ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਨੇ ਭਲਾ? ਇਹ ਨੱਕੀ, ਪਨੋਰੀ, ਕੁੱਛੀ, ਚਿੱਬਾ, ਇੱਧਰ ਟਾਂਡਾ। ਠੀਕ ਹੈ, ਠੀਕ ਹੈ। ਅੱਛਾ ਤੁਸੀਂ ਸਾਨੂੰ ਇਹ ਦੱਸੋ ਕਿ ਇਹ ਜਿਹੜਾ ਪਿੰਡ ਹੈ ਕਿਹੜੀ ਤਹਿਸੀਲ ਵਿੱਚ ਆਉਂਦਾ? ਇਹ ਤਹਿਸੀਲ ਕਿਹੜੀ ਹੈ ਜੀ? ਤਹਿਸੀਲ ਜਫਰਵਾਲ। ਜਫਰਵਾਲ ਪਹਿਲੇ ਕਿਹੜੀ ਤਹਿਸੀਲ ਹੁੰਦੀ ਸੀ ਭਲਾ? ਉੱਧਰ ਇੱਧਰ ਇੱਥੇ ਛਕੜਗੜ੍ਹ। ਪਹਿਲਾਂ ਤਹਿਸੀਲ ਛਕੜਗੜ੍ਹ। ਛਕੜਗੜ੍ਹ, ਠੀਕ ਹੈ। ਜ਼ਿਲ੍ਹਾ ਸਿਆਲਕੋਟ। ਅਤੇ ਜ਼ਿਲ੍ਹਾ ਸਿਆਲਕੋਟ ਹੁੰਦਾ ਰਹੇ ਅਤੇ ਅੱਜ ਕੱਲ੍ਹ ਜ਼ਿਲ੍ਹਾ ਨਾਰੋਵਾਲ। ਠੀਕ। ਹੁਣ ਤੁਸੀਂ ਇਹ ਸਾਨੂੰ ਦੱਸੋ ਕਿ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ, ਮਕਾਨ ਜਾਂ ਮਕਾਮੀ ਜਾਂ ਰਿਆਸਤੀ ਹੋ? ਰਿਆਸਤੀ। ਰਿਆਸਤੀ। ਰਿਆਸਤ 'ਚ ਆਪਣਾ ਕਿਹੜਾ ਪਿੰਡ ਹੁੰਦਾ ਰਿਹਾ? ਸਾਂਬਾ। ਸਾਂਬਾ, ਸਾਂਬਾ, ਸਾਂਬਾ ਖਾਸ ਸਾਂਬਾ ਜਾਂ ਲਾਗੇ ਕੋ ਪਿੰਡ ਖਾਸ ਪਿੰਡ? ਸ਼ਹਿਰ ਸੀ, ਸ਼ਹਿਰੋਂ ਬਾਹਰ ਸਾਡੇ ਘਰ ਆਪਣੀ ਜ਼ਮੀਨ। ਠੀਕ ਹੈ, ਠੀਕ ਹੈ, ਠੀਕ ਹੈ, ਠੀਕ ਹੈ। ਅਤੇ ਕੀ ਉਹ ਕੋਈ ਡੇਰੇ ਡੂਰੇ ਦਾ ਕੀ ਨਾਮ ਹੁੰਦਾ ਰਿਹਾ ਸੀ ਕੋਈ ਪਿੰਡ ਦਾ? ਕੋਠਲਾ ਖਵਾਉਂਦਾ ਸੀ। ਕੋਠਲਾ, ਠੀਕ ਹੈ। ਤੇ ਉੱਥੇ ਤਹਿਸੀਲ ਉਹਦੀ ਕਿਹੜੀ ਸੀ? ਕੋਠਲੇ ਦੀ? ਸਾਂਬਾ ਜੀ। ਤਹਿਸੀਲ ਸਾਂਬਾ ਸੀ ਤੇ ਜ਼ਿਲ੍ਹਾ ਜੰਮੂ। ਜ਼ਿਲ੍ਹਾ ਜੰਮੂ, ਠੀਕ, ਠੀਕ। ਇਹਦਾ ਮਤਲਬ ਹੈ ਕਿ ਸਾਂਬੇ ਦੇ ਨਾਲ ਸੀ ਫਿਰ ਉਹ? ਸਾਂਬੇ 'ਚ ਹੀ ਆ ਜਾਂਦਾ ਜਿਹਨੇ? ਸਾਂਬੇ, ਠੀਕ ਆ, ਠੀਕ ਆ। ਸਾਂਬੇ ਜਿਸ ਤਰ੍ਹਾਂ ਸਾਡੇ ਹੁਣੇ ਕੋਠੇ ਨੇ। ਠੀਕ ਆ, ਠੀਕ ਆ, ਠੀਕ ਆ। ਉੱਥੇ ਆਪਣੇ ਕੋਈ ਜ਼ਮੀਨ ਬੰਨਾ ਹੈ ਸੀ? ਜ਼ਮੀਨ ਹੈ, ਜ਼ਮੀਨ ਜ਼ਮੀਨ 35 ਕਿੱਲੇ ਜ਼ਮੀਨ। ਤੇ ਕਿਸ ਤਰ੍ਹਾਂ ਦੀ ਜ਼ਮੀਨ ਸੀ? ਜਿਵੇਂ ਚੰਗੀ ਬਲਦੀ ਹੈ, ਕਮਾਨ ਸਮਾਨ ਤੁਸੀਂ ਸਾਡੇ ਲੱਗਦੇ ਸੀ, ਮੁੰਜੇ, ਬਾਜਰਾ, ਕਣਕ, ਇਹ ਫਸਲਾਂ, ਕਮਾਲ ਕਮਾਲ। ਇੱਥੇ ਤਾਂ ਮੁੰਜੀ ਤਾਂ ਨਹੀਂ ਹੁੰਦੀ ਸੀ? ਮੁੰਜੀ, ਮੁੰਜੀ ਨਹੀਂ। ਠੀਕ ਹੈ ਜੀ। ਜੋਗ ਰੱਖੀ ਸੀ? ਡੋਗਾ, ਦੋ ਹਾਂ, ਦੋ ਜੋਗਾਂ। ਚੰਗੀਆਂ ਜੋਗਾਂ? ਚੰਗੀਆਂ। ਕਿਹੋ ਜਿਹਾ ਰੰਗ ਹੁੰਦਾ ਰਹੀ ਧੱਗਿਆਂ ਦੇ ਨਾਲ? ਪਤਾ ਬੱਗਾ ਰੰਗ, ਬੱਗਾ ਕੋਈ ਥੱਲੇ। ਠੀਕ ਹੈ, ਠੀਕ ਹੈ, ਠੀਕ ਹੈ, ਠੀਕ ਹੈ, ਠੀਕ ਹੈ, ਠੀਕ। ਅੱਛਾ ਜੀ, ਤੇ ਉੱਥੇ ਆਪਣੇ ਪਹਿਲੇ ਮੁਸਲਮਾਨ, ਅੱਜ ਕੱਲ੍ਹ ਜਿਸ ਤਰ੍ਹਾਂ ਅਸੀਂ ਇਹ ਮੈਰੇ ਦੇ ਕਣਕ ਮਸ਼ੀਨਾਂ ਨਾਲ ਮਤਲਬ ਕਤਰਾਉਂਦੇ ਹਾਂ, ਤੇ ਉਸ ਵੇਲੇ ਕੀ ਜਿਹੜੀ ਆ ਸੀ? ਉਹ ਜੋ ਝੱਗੇ ਵਾਲੇ ਝੱਗਿਆਂ ਨਾਲ ਫਲੇ ਗਾਣੇ, ਫਲਿਆਂ ਨਾਲ ਗਾਣੇ। ਠੀਕ ਹੈ, ਠੀਕ। ਤੇ ਆਪਣੇ ਪਿੰਡ ਜਿਸ ਤਰ੍ਹਾਂ ਅੱਜ ਕੱਲ੍ਹ ਅਸੀਂ ਇਹ ਕਰਦੇ ਹਾਂ ਮਸ਼ੀਨਾਂ ਤੋਂ ਦਾਣੇ ਧਿਆਨੇ ਹਾਂ, ਤੇ ਉਸ ਵੇਲੇ ਕੀ ਜਿਹੜੀ ਆ ਸੀ? ਚੱਕੀਆਂ। ਚੱਕੀਆਂ, ਠੀਕ ਹੈ, ਠੀਕ ਹੈ। ਹੁਣ ਸਾਨੂੰ ਇਹ ਦੱਸੋ ਕਿ ਉੱਥੇ ਆਪਣੇ ਪਿੰਡ ਕੋਲ ਖੂਹ ਵੀ ਆ ਹੈ? ਖੂਹ ਵੀ ਆ ਸੀ ਕੋਈ? ਖੂਹ ਵੀ ਆ ਸੀ, ਹੈ ਸੀ ਖੂਹ। ਹਾਂ, ਠੀਕ ਹੈ। ਕਿੰਨਾ ਕੁ ਦੂਰ ਸੀ ਤੁਹਾਡੇ ਘਰ ਕੋਲ? ਬਾਈ। ਅੱਛਾ, ਠੀਕ ਹੈ, ਠੀਕ। ਅਤੇ ਲੱਜਾਂ ਨਾਲ ਪਾਣੀ ਕੱਢਣਾ? ਲੱਜਾਂ ਨਾਲ। ਲੱਜਾਂ ਨਾਲ ਕਿਹੜੇ ਲਾ ਜੀ? ਅੱਛਾ, ਉਹ ਜਿਹੜਾ ਹੁੰਦਾ ਚਰਖੜੀ ਵਾਲਾ? ਠੀਕ ਹੈ, ਠੀਕ, ਚਰਖੜੀ ਵਾਲਾ, ਠੀਕ, ਠੀਕ। ਅਤੇ ਪਾਣੀ ਤਾਂ ਨਹੀਂ ਮੁੱਕਦਾ ਰਿਹਾ ਕਿਤੇ ਗਰਮੀ 'ਚ? ਪਾਣੀ ਨਹੀਂ ਮੁੱਕਦਾ ਗਰਮੀ ਦਾ। ਅੱਛਾ, ਇੱਕ ਤਲਾਬ ਵੀ ਬੜਾ ਵੱਡਾ ਹੈ। ਤਲਾਬ ਹੀ ਆ ਸੀ? ਹਾਂ, ਤਲਾਬ ਵੀ ਆ। ਇਹ ਜੀ ਜੇਕ ਹੈ ਜੇ ਕੰਢੇ ਹਨ। ਅੱਛਾ, ਜੇਕ ਕੋਲ ਫਿਰ? ਠੀਕ ਹੈ, ਠੀਕ ਹੈ। ਜੇਕ ਤੁਹਾਡੇ ਕੋਲੋਂ ਆਉਂਦੀ ਆ ਉੱਥੋਂ? ਆਹੋ। ਅੱਛਾ, ਤੁਹਾਡੇ ਪਿੰਡ ਦੇ ਕਿਹੜੇ ਪਾਸਿਓਂ ਆਉਂਦੀ ਆ? ਲਾਂਝੇ ਪਾਸੇ। ਲਾਂਝੇ ਪਾਸੇ, ਡੇਕ ਲਾਂਝੇ ਚੱਲਦੇ। ਅੱਛਾ, ਲੈ। ਤੁਹਾਡੀਆਂ ਪੈਲੀਆਂ ਦੇ ਕੋਲੋਂ ਨਹੀਂ ਕਿਤੇ ਵਗਦੀ ਆ? ਹਾਂ, ਤੁਹਾਡੇ ਘਰਾਂ ਦੇ ਕੋਲੋਂ ਨਹੀਂ, ਪਿੰਡ ਦੇ ਕੋਲੋਂ ਨਹੀਂ ਵਗਦੀ? ਸਾਡੇ ਘਰੋਂ ਨਹੀਂ ਲੱਗੀ। ਉਹ ਕੋਲੋਂ ਦੀ ਵਗਦੀ ਹੋਣੀ ਆ, ਘਰਾਂ ਦੇ ਕੋਲੋਂ ਦੀ ਲੰਘਦੀ ਵਗਦੀ ਹੋਣੀ ਆ। ਠੀਕ ਆ, ਠੀਕ, ਠੀਕ ਹੈ। ਅਤੇ ਅੱਗੇ ਪਤਾ ਕਿੱਥੋਂ ਆਉਂਦੀ ਆ ਕੋਈ ਡੇਕ?
अगे तो पता कितों आती ही पहाड़ा तो आती है। ठीक है ठीक। तो उत्थे भी इस तरह बड़ी जी है जो छोटी है? पानी बारह महीने चलता रहना? पानी बारह महीने गर्मी थोड़ा सारा चलता ही चलता तो रहा चलता तो रहा। ठीक ठीक। हूँ सू दसो कि उड़ा उस वे पिंड का लंबरदार कि होंगे रहे? लंबरदार ठाकर राज ठाकरदार। अच्छा ये ना है ठाकरदार। ठीक है ठीक है। ते अपने पिंड उ कोई दुकान शकान भी आई पिंड पंज घर सारा सौदा सांबे शहर सांभ लेना फिर सारा सौदा सल। ठीक है। खुशी गमी तो हर काम ने कुछ। ते सांबा मसलन जी थोड़े घर को कि दूर थी? जम्मू भी देखा फिर? जम्मू नहीं देखा। नहीं देखना। अच्छा तो तुहाडे पिंड को स्कूल भी आई उथे कोई? नहीं सांबे स्कूल तुहाडे कोई नहीं? ते मस्जिद कोई? मस्जिद भी सांबे होनी है साढ़े पंजे तुहाडे कोई नहीं? ते फिर बच्चे जिहड़े पढ़दे पुढ़दे हन किथे सांबे जांदे हन? अच्छा जी ठीक। सांबे बड़ा बड़ा लाहौर ठीक है ठीक है ठीक है। जानी कि सांबे कितों तक स्कूल ही किमी तक उस वे स्कूल होंगे रहे? उस वे किमी तक स्कूल ही सांबे स्कूल? चलो ठीक है। चलो चलो ठीक है। अच्छा तुम हूँ सू दसो कि जिस टाइम पाकिस्तान के हिंदुस्तान बन गया दो मुल्क बन गए ने तो किमें खबर हुई भाई दो मुल्क बन गए तो साढ़ा हूँ इतने रहना बड़ा मुश्किल है तो अं हूँ इतों चलना तो फिर किस तरह कि दुख तकलीफा देख के आए? फिर उसे कुछ दिन लुकते लग जा रहे तो फिर सानू उसको एक बड़ा काफला तुरा काफले ना रोड के हरा के तुरा जिले बॉर्डर जाके कोई नुकसान भी बड़ा जी बड़े बड़े अजीब ही मरे कोई बड़े सारे अपने आई बचा है थोड़ा बात बचाओगे? हाँ ठीक है ठीक है ठीक। तो थोड़े काफले दे जी और मरे मुरे? हाँ काफले के पूरे मोई थी। ठीक है ठीक है। ते सीधे इत्थे आ गए जां पहला अगे पिछे? लेसर पहला लेसर आ गए पहले लेसर गए ते फिर सानू जमीन लाड दो जैसी सन जरा है ना कत्तन था इस तो बाद आए थे। अच्छा जी बाद आए? ठीक है। कत्तन तो बाद आए? ठीक है ठीक है। ये कत्तर वाली जंग तो बाद आए थे? हाँ कत्तर वाली जंग तो ये लेसर होना थे। ठीक है। उठे नहीं जमीन अपनी? नहीं। तो फिर की गुजर बसर ही की कर दे रहे किस तरह मतलब के कोई दाना पानी मतलब की फिर खा उठूँ मजदूरी में दारी करते रहे? फिर मजदूरी भी करते रहे ऊँट भी लड़ते रहे। ठीक है ठीक। फिर मतलब लोगों ने जमीन में बांध दे रहे। ठीक है ठीक है जी। ठीक है ठीक है इस टाइम हो। ठीक है ठीक है। तो हूँ फिर इतने फिर तुम जमीन इतने कि लाट हो जमीन? जमीन रुकवाया छे सत्त पे। ठीक है ठीक है। सही गुजर बसर हो रही है ना? गुजर बसर सही हो रही है ना? हाँ। चलो जी शुक्र है। तो अपने को यारहवीं अठारहवीं भी तुम दे रहे हो? हाँ यारहवीं दे रहे हैं। यारहवीं दी यारहवीं? हाँ। अच्छा जी पीर को पा लड़ रहे हैं। अच्छा जी की कोई देख सेक पकांदे हो जां मैं तो कोई देख सेक पकांदे हो जां? नहीं उसे लंगर पकाना देख। ठीक है। देख पकाना हर महीने? अच्छा जी। और जरा पीर को पा लड़ रहा है। ठीक है ठीक है। अपने मुर्शिद का की नाम है? यकूब शाह। यकूब शाह कितों देने हो? पहले तो फैसला माजी हूँ परे लिए चल गए थे। अच्छा जी। हाँ तो इतने आए नहीं कदे? बड़े आते रहे फास्ट फास्ट फूड मेरे को। ठीक है ठीक है। हूँ माड़े हो गए थे हूँ माड़े हो गए थे। ठीक है ठीक है ठीक है। और फिर और कोई जिंदगी का कोई यादगार वाकया कोई दस छो कोई जिंदगी का कोई यादगार कोई गलबात? यार बारे वो खरा टाइम लगता पाया शुक्रिया रब का बिल्कुल। दोस्तों वीडियो अच्छी लगे तो लाइक शेयर तो सब्सक्राइब लाजमी करना तो कमेंट्स अपने ख्याल आदा जहार जरूर देना।
ਇਹਦੇ ਨਾਲ ਹੀ ਸਾਨੂੰ ਇਜਾਜ਼ਤ ਦਿਓ ਆਪਣੀ ਸਿਹਤ ਦਾ ਖਿਆਲ ਰੱਖਣਾ। ਅੱਛਾ, ਖੁਦਾ ਹਾਫਜ਼, ਰੱਬ ਰਾਖਾ।